আমার নির্বাচিত খোদা বা ਡੇਹਰਾਲਾ, ਮੈਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਦਾ ਜ਼ਿਲ੍ਹਾ ਜਨਰਲ ਸੈਕਟਰੀ ਹਾਂ। ਸਰ, ਤੁਸੀਂ ਏਡੀਸੀ ਵਿਕਾਸ ਖੜ੍ਹੇ ਹੋ, ਕੀ ਕਹਿਣਾ ਚਾਹੁੰਦੇ ਹੋ, ਕੀ ਕਾਰਨ ਹੈ, ਕਿਉਂ ਖੜ੍ਹੇ? ਮੰਡੀ ਲੱਖੇਵਾਲੀ 'ਚ ਮਜ਼ਦੂਰਾਂ ਨੇ ਲੰਮਾ ਚਿਰ ਸੰਘਰਸ਼ ਕਰਕੇ ਕੰਮ ਚਲਵਾਇਆ। ਫਰਵਰੀ ਤੋਂ ਕੰਮ ਹੋਇਆ ਗਿਆ, ਉਦੋਂ ਬਾਅਦ ਹੁਣ 5 ਮਹੀਨੇ ਬੀਤ ਗਏ, ਉੱਥੇ ਕੋਈ ਕੰਮ ਨਹੀਂ ਮਿਲਿਆ ਸੀ। ਅਤੇ ਜੇ ਉਹਨਾਂ ਨੇ ਦਫ਼ਤਰਾਂ ਦੇ ਗੇੜੇ ਮਾਰ ਕੇ ਮਸਟਰੋਲ ਕਢਾ ਲਿਆ, ਕੱਲ੍ਹ ਮੀਂਹ ਪੈਣ ਕਾਰਨ ਕੰਮ ਨਹੀਂ ਚੱਲ ਸਕਿਆ, ਕੱਲ੍ਹ ਤੋਂ ਮਸਟਰੋਲ ਸ਼ੁਰੂ ਸੀ, ਅੱਜ ਜਦੋਂ ਕੰਮ ਚੱਲਿਆ ਤਾਂ ਉਹਨਾਂ ਨੇ ਆਪਦੀ ਹਾਜ਼ਰੀ ਜਿਹੜੀ ਆ ਉਹ ਕਲਿੱਕ ਕਰ ਲਈ ਸੀ, ਅਤੇ ਜਦੋਂ ਅਪਲੋਡ ਕਰਨ ਲੱਗੇ ਤਾਂ ਉਹਨਾਂ ਦੀ ਐਪ ਆ ਜਿਹੜੀ ਬੰਦ ਆਉਣ ਲੱਗੀ। ਜਦੋਂ ਉਹਨਾਂ ਨੇ ਇਸ ਸੰਬੰਧੀ ਪੁੱਛਿਆ ਅਧਿਕਾਰੀਆਂ ਨੂੰ ਵੀ ਸਾਡੀ ਐਪ ਕਿਉਂ ਬੰਦ ਆ, ਉਹ ਕਹਿੰਦੇ ਵੀ ਤੁਸੀਂ ਝਾੜੂ ਵਾਲਿਆਂ ਦੇ ਜਿਹੜਾ ਮੇਟ ਭੇਜਿਆ ਸੀਗਾ, ਤੁਸੀਂ ਉਦੋਂ ਹਾਜ਼ਰੀ ਨਹੀਂ ਲਵਾਈ, ਉਹਨਾਂ ਨੇ ਬੰਦ ਕਰਾਈ ਆ। ਇਸ ਸੰਬੰਧੀ ਜਦੋਂ ਅਸੀਂ ਦਫ਼ਤਰ ਆਏ ਹਾਂ, ਵੀਡੀਓ ਦਫ਼ਤਰ ਦੇ ਵਿੱਚ ਵੀਡੀਓ ਹੈ ਨਹੀਂ ਸੀ, ਤਾਂ ਉਹਨਾਂ ਨੇ ਵੀ ਇਹ ਕਿਹਾ ਵੀ ਭਾਈ ਤੁਹਾਡੀ ਐਪ ਆ ਜਿਹੜੀ ਸਿਆਸੀ ਲੀਡਰਾਂ ਦੇ ਕਹਿਣ 'ਤੇ ਬੰਦ ਹੋਈ ਆ, ਤੁਸੀਂ ਸੋਮਵਾਰ ਆ ਕੇ DC ਜਾਂ ADC ਨੂੰ ਮਿਲੋ ਜੇ, ਸਾਡੇ ਵੱਸੋਂ ਬਾਹਰ ਆ। ਇਸੇ ਤਰ੍ਹਾਂ ਜਦੋਂ ਅਸੀਂ ਇਸ ਦਫ਼ਤਰ 'ਚ ਆਏ ਹਾਂ, ADC ਦਫ਼ਤਰ, ਤਾਂ ਉਹਨਾਂ ਦਾ ਵੀ ਕਹਿਣਾ ਇਹੀ ਸੀਗਾ ਵੀ ਭਾਈ ਜਿਹੜੀ ਐਪ ਆ ਇਹ ਸਿਆਸੀ ਆਧਾਰ 'ਤੇ ਤੁਹਾਡੀ ਬੰਦ ਹੋਈ ਆ, ਸਾਡੇ ਵੱਸੋਂ ਬਾਹਰ ਆ, ਤੁਸੀਂ DC ਜਾਂ ADC ਸਾਹਿਬ ਨਾਲ ਸੋਮਵਾਰ ਨੂੰ ਗੱਲ ਕਰੋ ਜੇ, ਫਿਰ ਤੁਹਾਡੀ ਐਪ ਚੱਲੇਗੀ। ਅਤੇ ਸਾਡੀ ਇਹ ਮੰਗ ਆ ਵੀ ਜਿਹੜਾ ਨਰੇਗਾ ਦੇ ਕੰਮ ਦੇ ਵਿੱਚ ਸਿਆਸੀ ਦਖਲ ਅੰਦਾਜ਼ੀ ਕੀਤੀ ਜਾ ਰਹੀ ਆ, ਇਹ ਸਿਆਸੀ ਦਖਲ ਅੰਦਾਜ਼ੀ ਆਮ ਆਦਮੀ ਪਾਰਟੀ ਵੱਲੋਂ ਤਾਂ ਕੀਤੀ ਜਾ ਰਹੀ ਆ ਕਿਉਂਕਿ ਜਿੰਨਾ ਇਹਨਾਂ ਦਾ ਵੋਟਾਂ 'ਚ ਮਾਂਝਾ ਫਿਰਿਆ ਸੀ ਲੋਕ ਸਭਾ ਚੋਣਾਂ 'ਚ, ਹੁਣ ਇਹਨਾਂ ਦੀ ਕੋਸ਼ਿਸ਼ ਇਹ ਆ ਵੀ ਆਉਣ ਵਾਲੀਆਂ ਜ਼ਿਮਨੀ ਚੋਣਾਂ 'ਚ, ਆਉਣ ਵਾਲੀਆਂ ਪੰਚਾਇਤੀ ਚੋਣਾਂ 'ਚ ਲੋਕਾਂ ਨੂੰ ਨਰੇਗਾ ਦਾ ਕੰਮ ਆਪਦਾ ਹੱਥ ਲੈ ਕੇ ਨਰੇਗਾ ਦੇ ਕੰਮ ਦੀ ਦਾਬ ਬਣਾ ਕੇ ਵੀ ਦੇਖੋ ਤੁਹਾਨੂੰ ਅਸੀਂ ਨਰੇਗਾ ਦਾ ਕੰਮ ਦਿੰਦੇ ਹਾਂ ਅਤੇ ਸਾਨੂੰ ਫਿਰ ਤੁਸੀਂ ਹੁਣ ਜਿਹੜੀਆਂ ਵੋਟਾਂ ਪਾਓ, ਵੀ ਲੋਕਾਂ ਦੀਆਂ ਵੋਟਾਂ ਦਬਾਅ ਨਾਲ ਲੈਣ ਵਾਸਤੇ ਇਹ ਨਰੇਗਾ ਦਾ ਕੰਮ ਆ ਜਿਹੜਾ ਲੋਕਾਂ ਤੋਂ ਖੋਹ ਕੇ ਆਪਦੇ ਮੇਟਾਂ ਦੇ ਆਪਦੇ ਬੰਦਿਆਂ ਦੇ ਹੱਥ ਦੇ ਕੇ ਵੋਟ ਕੈਪਚਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਹਨੂੰ ਅਸੀਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਕਿਸੇ ਵੀ ਹੱਦ 'ਤੇ ਬਰਦਾਸ਼ਤ ਨਹੀਂ ਕਰਾਂਗੇ। ਆਉਣ ਵਾਲੇ ਦਿਨਾਂ 'ਚ ਜੇਕਰ ਐਪ ਨਹੀਂ ਚੱਲਦੀ, ਕੰਮ ਨਾ ਚੱਲਿਆ ਮਜ਼ਦੂਰਾਂ ਦਾ, ਇਹਦੇ ਖਿਲਾਫ਼ ਇਸ ਦਫ਼ਤਰ ਦੇ ਮੂਹਰੇ ਜਿਹੜਾ ਵੱਡਾ ਧਰਨਾ ਉਹ ਲਾਇਆ ਜਾਵੇ। ਕਿਰਨ ਵਾਲਾ ਨਾਮ ਆ, ਮੈਂ ਲੱਖੇਵਾਲੀ ਮੰਡੀ ਦੀ ਰਹਿਣ ਵਾਲੀ ਹਾਂ। ਕੀ ਕਰ ਲੱਗੇ ਹੋ ਤੁਸੀਂ ADC ਵਿਕਾਸ ਦਫ਼ਤਰ ਕਰੇ? ਸਰ, ਮੈਂ 7 ਮਹੀਨਿਆਂ ਤੋਂ ਕੰਮ ਬੰਦ ਪਿਆ ਸੀਗਾ ਅਤੇ ਉਹ ਭੱਜ ਦੌੜ ਕਰਕੇ ਚਲਵਾਇਆ ਹੈਗਾ, ਅਤੇ ਕੁਛ ਕੁ ਲੋਕ ਹੈਗੇ ਹੈਗੇ ਆਮ ਪਾਰਟੀ ਦੇ ਆਗੂ, ਉਹ ਕੰਮ ਉਹਨਾਂ ਨੇ ਕੰਮ ਅੱਜ ਸੁਬਹਾ ਬੰਦ ਕਰਵਾ ਤਾ। ਕੋਈ ਕਾਰਨ ਨਹੀਂ ਦੱਸਿਆ ਕਿ ਕਿਉਂ ਬੰਦ ਕਰਾਇਆ? ਬਸ ਉਹ ਕਹਿੰਦੇ ਵੀ ਅਸੀਂ ਖੁਦ ਕੰਮ ਚਲਾਉਣੇ ਹਾਂ ਜੀ, ਅਸੀਂ ਹਾਜ਼ਰੀ ਲਾਉਣੀ ਹੈਗੀ, ਅਤੇ ਜਿੰਨੀ ਵੀ ਮੇਰੀ ਲੇਬਰ ਹੈਗੀ ਆ ਉਹ ਉਹਨਾਂ ਦੇ ਸਹਿਮਤ ਹੈ ਨਹੀਂ ਗੀ।
ਤੁਸੀਂ ਦਫ਼ਤਰ ਪਹੁੰਚੇ, ਕੋਈ ਅਧਿਕਾਰੀਆਂ ਨਾਲ ਗੱਲਬਾਤ ਹੋਈ? ਹਾਂਜੀ, ਉੱਥੋਂ ਦੇ ਕੁਛ ਇਹਨਾਂ ਨੇ ਅਧਿਕਾਰੀਆਂ ਨੇ ਦੱਸਿਆ ਜੀ ਵੀ ਸਾਨੂੰ ਜਸ਼ਨ ਬਰਾੜ ਨੇ ਵੀ ਉਹਨਾਂ ਨੇ ਕੰਮ ਬੰਦ ਕਰਾਇਆ, ਆਈਡੀਆਂ ਬੰਦ ਕਰਾਈਆਂ। ਟੋਟਲ ਤੁਹਾਡੇ ਲੀਵਰ ਦੇ ਕਿੰਨੇ ਮੈਂਬਰ ਆ ਤੁਹਾਡੇ ਨਾਲ? ਜੋ ਸਾਡੇ 73 ਜੀ, ਸਾਰਿਆਂ ਦੇ ਹੀ ਕੰਮ ਬੰਦ ਕਰਾਤੇ ਜੀ। ਜਿਵੇਂ 31 ਮਾਰਚ ਤੋਂ ਬਾਅਦ ਕਿੰਨੇ ਦਿਨ ਪਹਿਲਾਂ ਕੰਮ ਚੱਲ ਗਿਆ? ਬਿਲਕੁਲ ਫਰਵਰੀ ਦੇ ਚੱਲਿਆ ਆ ਕੰਮ, ਫਰਵਰੀ ਦੇ ਚੱਲਿਆ। ਤੁਸੀਂ ਇਹਦੇ ਸਬੰਧ ਜਸ਼ਨ ਬਰਾੜ ਨਾਲ ਕੋਈ ਗੱਲਬਾਤ ਕੀਤੀ? ਨਹੀਂ ਨਹੀਂ ਜੀ, ਸਾਨੂੰ ਉਹਦਾ ਪਤਾ ਹੀ ਨਹੀਂ ਸੀਗਾ ਵੀ ਉਹਨੇ ਕੋਈ ਗੱਲ ਕੀਤੀ ਹੈ। ਇੱਥੇ ਦਫ਼ਤਰ ਜਾ ਕੇ ਹੀ ਸਾਨੂੰ ਪਤਾ ਲੱਗਿਆ ਵੀ ਉਹਨਾਂ ਨੇ ਹੀ ਕੰਮ ਬੰਦ ਕੀਤਾ। ਕਿੰਨਾ ਵੱਲੋਂ ਤੁਹਾਡੇ ਨੂੰ ਜਾਣਕਾਰੀ ਦਿੱਤੀ ਗਈ? ਕੀ ਨਾਮ ਉਹਨਾਂ ਦਾ? ਨਾਮ ਜਿਹੜਾ ਗ੍ਰਾਮ ਸੇਵਕ ਕੌਣ ਹੈ ਤੁਹਾਡਾ? ਜਗਿੰਦਰ ਸੈਕਟਰੀ ਜੀ। ਉਹਨਾਂ ਨਾਲ ਕੋਈ ਗੱਲਬਾਤ ਹੋਈ? ਹਾਂਜੀ, ਉਹਨਾਂ ਨੇ ਹੀ ਆਈਡੀਆਂ ਬੰਦ ਕੀਤੀਆਂ। ਉਹਨਾਂ ਨੇ ਹੀ ਮੈਨੂੰ ਵੀ ਇਹ ਵੀ ਕਿਹਾ ਵੀ ਤੁਸੀਂ ਮੇਰੀ ਬਦਲੀ ਕਰਵਾਤੀ। ਇੱਥੇ ਬਦਲੀ ਤਾਂ ਪਿੱਛੋਂ ਹੀ ਹੋਈ ਆ, ਪਰ ਉਹ ਮੇਰੇ 'ਤੇ ਇਲਜ਼ਾਮ ਲਾ ਰਹੇ ਆ ਜੀ। ਮੇਰਾ ਨਾਮ ਨਿਮਰਤਾ ਹੈ, ਮੈਂ ਲੱਖੇਵਾਲੀ ਤੋਂ ਰਹਿਣ ਵਾਲੀ ਹਾਂ। 31 ਮਾਰਚ ਤੋਂ ਸਾਡਾ ਨਰੇਗਾ ਦਾ ਕੰਮ ਬੰਦ ਹੋ ਗਿਆ ਸੀ। ਉਸ ਤੋਂ ਬਾਅਦ 7-8 ਮਹੀਨੇ ਅਸੀਂ 7-8 ਮਹੀਨਿਆਂ ਬਾਅਦ ਆਹ ਹੁਣ ਕੰਮ ਚਲਵਾਇਆ ਸੀ। ਅਤੇ ਜਿਹੜਾ ਉੱਥੋਂ ਦਾ ਮੇਟ ਸੀਗਾ ਉਹ ਹਾਜ਼ਰੀ ਲਾਉਂਦਾ ਸੀ, ਉਹ ਹਾਜ਼ਰੀ ਲਾਉਣ ਆਇਆ। ਲੇਬਰ ਨੇ ਕਿਹਾ ਵੀ ਅਸੀਂ ਉਹ ਤੋਂ ਹਾਜ਼ਰੀ ਨਹੀਂ ਲਵਾਉਣੀ, ਅਤੇ ਇਸ ਲਈ ਉਹਨਾਂ ਨੇ ਸਾਡਾ ਕੰਮ ਬੰਦ ਕਰਵਾ ਦਿੱਤਾ। ਅਤੇ ਸਾਨੂੰ ਅੱਜ ਅਸੀਂ ਇੱਥੇ ਆਏ ਹਾਂ, ਅਤੇ ਸਾਨੂੰ ਇੱਥੇ ਆ ਕੇ ਕੁਝ ਅਧਿਕਾਰੀਆਂ ਨੇ ਦੱਸਿਆ ਕਿ ਜਿਹੜੇ ਤੁਹਾਡੇ ਪਿੰਡ ਦੇ ਆਮ ਆਦਮੀ ਪਾਰਟੀ ਦੇ ਬੰਦੇ ਆ, ਉਹਨਾਂ ਨੇ ਤੁਹਾਡਾ ਕੰਮ ਬੰਦ ਕਰਵਾਇਆ, ਉਹਨਾਂ ਨੇ ਤੁਹਾਡੀਆਂ ਆਈਡੀਆਂ ਬੰਦ ਕਰਵਾਈਆਂ। ਜਿਹੜਾ ਤੁਹਾਡੇ ਗ੍ਰਾਮ ਸੇਵਕ ਕੌਣ ਹੈ? ਜੋਗਿੰਦਰ ਸਿੰਘ। ਉਹਨਾਂ ਨੇ ਕੋਈ ਤਾਲਮੇਲ ਪਾਇਆ? ਨਹੀਂ ਜੀ, ਨਹੀਂ ਉਹਨਾਂ ਨਾਲ ਕੋਈ ਗੱਲ। ਲੇਬਰ ਤੁਹਾਡੇ ਕੋਲ ਕਿੰਨੇ ਆਦਮੀ ਆ? ਲੇਬਰ 73 ਮੈਂਬਰ ਆ ਸਾਡੇ ਕੋਲ ਜੀ। ਸਰਕਾਰ ਤੇ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ? ਸਾਡਾ ਸਾਨੂੰ ਮਜ਼ਦੂਰਾਂ ਦਾ ਮਤਲਬ ਇਹਨਾਂ ਦੀ ਰੋਟੀ ਇਹਨਾਂ ਨੂੰ ਉਹ ਹੋਣੀ ਚਾਹੀਦੀ ਆ, ਅਤੇ ਬਸ ਸਾਡੀ ਆਈ ਡੀ ਬਣਾ ਕੇ ਦਿੱਤੀ ਜਾਵੇ, ਅਸੀਂ ਜੋ ਜਿਹੜਾ ਲੇਬਰ ਕਹੂਗੀ ਉਹੀ ਮੇਟ ਚੁਣਿਆ ਜਾਵੇ। ਮੇਰਾ ਨਾਮ ਬਲਵੰਤ ਸੰਮੇਵਾਲੀ, ਨੈਸਲੀ ਜਸਟਿਸ ਪਾਰਟੀ, ਲੋਕ ਸਭਾ ਹਲਕਾ ਫਿਰੋਜ਼ਪੁਰ ਇੰਚਾਰਜ। ਮੈਂ ਅੱਜ ADC ਦਫ਼ਤਰ ਪਹੁੰਚਿਆ, ਇੱਥੇ ਪਿੰਡ ਲੱਖੇਵਾਲੀ ਦੀ ਲੇਬਰ ਪਹੁੰਚੀ ਹੈ। 70-75 ਜਣੇ ਸੀ ਇਹਨਾਂ ਦਾ, ਅੱਜ ਪਹਿਲੇ ਦਿਨ ਕੰਮ ਚੱਲਿਆ ਸੀ ਤਾਂ ਕਿ ਉੱਥੋਂ ਦੇ ਕੁਝ ਜਿਹੜੇ ਘੜਮ ਚੌਧਰੀ ਕਹਿ ਲਓ ਉਹਨਾਂ ਨੇ ਇਹਨਾਂ ਦਾ ਜਿਹੜੇ ਹਾਜ਼ਰੀ ਲਾਉਣ ਗਏ ਸੀ, ਲੇਬਰ ਨਹੀਂ ਚਾਹੁੰਦੀ ਸੀ ਵੀ ਉਹ ਬੰਦਾ ਹਾਜ਼ਰੀ ਲਾਵੇ, ਪਰ ਉਹਨਾਂ ਨੇ ਕੀ ਕੀਤਾ, ਇੱਕ ਚਾਲ ਖੇਡੀ, ਜੇ ਮਜ਼ਦੂਰਾਂ ਨੇ ਹਾਜ਼ਰੀ ਨਹੀਂ ਲਵਾਈ ਤਾਂ ਉਹਨਾਂ ਨੇ ਕੋਈ ਦਫ਼ਤਰ ਦੇ ਵਿੱਚ ਫੋਨ ਕਰਕੇ ਇਹਨਾਂ ਦਾ ਜਿਹੜਾ ਕੰਮ ਬੰਦ ਕਰਾਤਾ। ਕੰਮ ਜਿਹੜਾ ਮਸਟੋਲ ਦੇ ਉੱਤੇ ਨਿਕਲਿਆ ਸੀ। ਅੱਜ ਅਸੀਂ ADC ਸਾਹਿਬ ਨਾਲ ਮੇਰੀ ਫੋਨ 'ਤੇ ਵੀ ਗੱਲ ਹੋਈ ਸੀ, ਪਰ ਇੱਥੇ ਜਿਹੜਾ ਨਰੇਗਾ ਦੇ ਇੱਕ ਅਫਸਰ ਹਰਪ੍ਰੀਤ ਸ਼ਰਮਾ ਜੀ ਉਹ ਆਏ ਆ, ਸਾਡੇ ਜਿਹੜੀ ਲੇਬਰ ਨੂੰ ਵਿਸ਼ਵਾਸ ਦਵਾਇਆ ਹੈ ਵੀ ਜਿਹੜਾ ਉਸ ਤੋਂ ਤੁਸੀਂ ਹਾਜ਼ਰੀ ਨਹੀਂ ਲਵਾਉਣਾ ਚਾਹੁੰਦੇ ਤਾਂ ਨਾ ਲਵਾਓ, ਕੋਈ ਹੋਰ ਜਿਹੜਾ ਮੁਲਾਜ਼ਮ ਦਫ਼ਤਰ ਵੱਲੋਂ ਭੇਜਿਆ ਜਾਊਗਾ ਉਹ ਹਾਜ਼ਰੀ ਲਵਾਊਗਾ ਅਤੇ ਜਿਹੜਾ ਤੁਸੀਂ ਕੰਮ ਆਪਦਾ ਸਹੀ ਰੂਟੀਨ ਨਾਲ ਕਰੂਗਾ। ਉਸ ਤੋਂ ਅੱਗੇ ਜਿਹੜਾ ਸਾਡੇ ਨਾਲ ਕੁਝ ਜਥੇਬੰਦੀਆਂ ਆਈਆਂ, ਜਿਵੇਂ ਕੁੱਲ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਆਏ ਆ, ਅਸੀਂ ਉਹਨਾਂ ਨਾਲ ਸਾਰੇ ਜਥੇਬੰਦੀਆਂ ਨਾਲ ਤਾਲਮੇਲ ਕਰਕੇ ਜਿਹੜੇ ਵੀ ਪਿੰਡਾਂ ਵਿੱਚ ਮਜ਼ਦੂਰਾਂ ਨੂੰ ਕੋਈ ਵੀ ਮਤਲਬ ਕਿਸੇ ਵਿਰੋਧੀ ਧਿਰ ਵੱਲੋਂ ਇਹਨਾਂ ਨੂੰ ਖੱਜਲ ਖੁਆਰ ਕੀਤਾ ਜਾਂਦਾ ਡਟ ਕੇ ਜਿਹੜਾ ਹੁੰਦਾ ਅਸੀਂ ਮੁਕਾਬਲਾ ਵੀ ਕਰਾਂਗੇ ਅਤੇ ਉਹਨਾਂ ਦੇ ਜਿਹੜੇ ਕਾਨੂੰਨੀ ਦਾਅਵੇਚਾਂ ਨਾਲ ਵੀ ਅਸੀਂ ਲੜਾਂਗੇ। ਲੱਖੇਵਾਲੀ ਦਾ ਮਾਮਲਾ ਹੋਰ ਨਹੀਂ ਜੀ, ਮੈਂ ਲੋਕ ਸਭਾ ਹਲਕਾ ਫਿਰੋਜ਼ਪੁਰ 'ਚ ਮੈਂ ਘੁੰਮਿਆ ਸੀ, ਪਿੱਛੇ ਮੈਂ MP ਦਾ ਇਲੈਕਸ਼ਨ ਲੜਿਆ, ਪਰ ਕਾਫੀ ਜਿਹੜਾ ਜਿਵੇਂ ਪੰਜਾਬ ਸਰਕਾਰ ਕਹਿੰਦੀ ਸੀ ਮਜ਼ਦੂਰਾਂ ਦੇ ਹੱਕ ਵਾਲੀ ਬੜੀ ਉੱਚੀ ਆਵਾਜ਼ ਡਾਉਂਦੀ ਹੈ, ਆਹ ਤੁਹਾਡੇ ਸਾਹਮਣੇ ਵੇਖ ਲਓ ਅੱਜ ਸਾਰੀਆਂ ਭੈਣਾਂ ਇੱਥੇ ਬੈਠੀਆਂ, 5 ਵਜਣ ਵਾਲੇ ਅਜੇ ਲੱਖੇਵਾਲੀ ਇੱਥੋਂ 30-32 ਕਿਲੋਮੀਟਰ ਦੂਰ ਹੈ। ਕੋਈ ਇਨਸਾਫ ਨਹੀਂ ਮਿਲਿਆ ਗਰੀਬਾਂ ਵਾਸਤੇ, ਤਾਂ ਪੱਕਾ ਹੀ ਇਨਸਾਫ ਹੈ ਨਹੀਂ। ਤੁਸੀਂ ਕਣਕ ਵੇਖ ਲਓ, ਬਿਜਲੀ ਦੇ ਬਿੱਲਾਂ ਦਾ ਲਾ ਲਓ, ਇਹਨਾਂ ਨੇ 1000-1000 ਰੁਪਇਆ ਔਰਤਾਂ ਵਾਸਤੇ ਕੀਤਾ ਸੀ, ਆਹ ਦੱਸ ਦਿਓ ਭੈਣਾਂ ਖੜੀਆਂ, ਪੁੱਛ ਲਓ ਮੀਡੀਆ ਵਾਲੇ ਪੁੱਛ ਲੈਣ ਵੀ ਕਿੰਨੇ ਕੁ ਪੈਸੇ ਆਏ ਆ। ਉਲਟਾ ਜੇ ਨਰੇਗਾ ਦਾ ਕੰਮ ਮਜ਼ਦੂਰਾਂ ਵਾਸਤੇ ਚੱਲਦਾ, ਤੁਸੀਂ ਵੇਖੋ ਹੁਣ ਝੋਨੇ ਦਾ ਕੰਮ ਗਿਆ, ਇਦੂ ਬਾਅਦ ਤਾਂ ਮਜ਼ਦੂਰ ਵਿਹਲੇ ਆ, ਪਰ ਮਜ਼ਦੂਰਾਂ ਨੂੰ ਜਿਹੜੇ ਆ ਥੱਲੇ ਆ ਜਿਹਨਾਂ ਕੋਲ ਕੋਈ ਪਾਵਰ ਨਹੀਂ ਹੈਗੀ ਉਹ ਇਹਨਾਂ ਨੂੰ ਹਲਜਾਈ ਫਿਰਦੇ ਆ। ਪਿਛਲੇ 5 ਮਹੀਨੇ ਤੋਂ ਕੰਮ ਜਿਹੜਾ ਬੰਦ ਪੈ ਜਾ ਹੁਣ ਚੱਲਦਾ ਸੀ, ਇਹਦਾ ਕੀ ਕਾਰਨ ਕੀ ਹੋਇਆ? ਕਾਰਨ ਕੋਈ ਤਾਂ ਸਾਡੇ ਜਿਹੜੇ ਮਜ਼ਦੂਰ ਜਿਵੇਂ ਤੁਹਾਨੂੰ ਪਤਾ ਹੀ ਝੋਨਾ ਲੱਗ ਰਿਹਾ ਸੀ, ਕੁਝ ਕਈ ਅਰਜ਼ੀਆਂ ਭਰ ਕੇ ਇੱਥੇ ਦੇ ਜਾਂਦੇ ਜਾ ਕੇ, ਜਿਹੜਾ ਕਿ ਸਰਕਾਰ ਵੱਲੋਂ ਐਕਟ 15 ਦਿਨਾਂ ਦੇ ਵਿੱਚ ਕੰਮ ਦੇਣਾ, ਉਹਦੇ ਵਿੱਚ ਕਈ ਅਰਜ਼ੀਆਂ ਨਹੀਂ ਭਰਦੇ, ਕਈ ਸਰਪੰਚ ਜਿਵੇਂ ਮੋਹਰਾਂ ਨਹੀਂ ਲਾਉਂਦੇ, ਪਰ ਮੈਂ ਸਾਰੇ ਮਜ਼ਦੂਰਾਂ ਨੂੰ ਇਹ ਬੇਨਤੀ ਕਰਦਾ ਵੀ ਜਿਹੜਾ
ਇਹਦੇ 'ਚ ਕਿਸੇ ਦਾ ਕੋਈ ਅਧਿਕਾਰ ਨਹੀਂ। ਜਦੋਂ ਮਜ਼ਦੂਰ ਚਾਹਵੇ ਜਿਸ ਸਮੇਂ 'ਤੇ ਚਾਹਵੇ ਉਹ ਕੰਮ ਆਪਦਾ ਲੈ ਸਕਦਾ। ਜਿਵੇਂ ਹੁਣ 31 ਮਾਰਚ ਤੱਕ ਕਈ ਪਿੰਡਾਂ 'ਚ ਇਹਨਾਂ ਨੇ 100 ਦਿਨ ਮਜ਼ਦੂਰਾਂ ਦਾ ਕੰਮ ਹੀ ਨਹੀਂ ਪੂਰਾ ਕਰਕੇ ਦਿੱਤਾ। ਮਜ਼ਦੂਰਾਂ ਨੂੰ ਟਾਲ ਮਟੋਲ ਕਰਦੇ ਰਹਿੰਦੇ, ਅੱਜ ਦਿੰਦੇ ਕੱਲ੍ਹ ਦਿੰਦੇ ਆ, ਪਰ ਮਜ਼ਦੂਰਾਂ ਨੂੰ ਕਈ ਜਿਹੜੇ ਸੀਨੀਅਰ ਅਫਸਰਾਂ ਦਾ ਕਈ ਮਜ਼ਦੂਰਾਂ ਨੂੰ ਨਹੀਂ ਪਤਾ, ਜਿਵੇਂ ਇਹ ਭੈਣਾਂ 'ਚ ADC ਸਾਹਿਬ ਦੇ ਆਈਆਂ, ਪਰ ਇਹਨਾਂ ਨੇ ADC ਸਾਹਿਬ ਨੇ ਵੀ ਸਾਨੂੰ ਵਿਸ਼ਵਾਸ ਦਵਾਇਆ ਵੀ ਜਿਹੜਾ ਤੁਹਾਡਾ ਜੋ ਵੀ ਮਸਲੇ ਹੈਗੇ ਆ ਸੋਮਵਾਰ ਜਾਂ ਮੰਗਲਵਾਰ ਅਸੀਂ ਜਿਹੜਾ ਦਫ਼ਤਰ ਖੁੱਲ੍ਹਣ ਸਾਰ ਇਹਨਾਂ ਦੇ ਕਹਿੰਦੇ ਪਹਿਲ ਦੇ ਆਧਾਰ 'ਤੇ ਕਰਕੇ ਦਾਂਗੇ। ਮੇਰੇ ਅਤੇ ਮੇਰੀ ਪਾਰਟੀ ਵੱਲੋਂ ਸਾਰੇ ਮਜ਼ਦੂਰਾਂ ਨੂੰ ਮੈਂ ਆਪਦੇ ਤਹਿ ਦਿਲੋਂ ਵਿਸ਼ਵਾਸ ਦਿਵਾਉਣਾ ਕਿ ਜਿੰਨੇ ਇਹਨਾਂ ਦੇ ਕੰਮ ਪੈਂਡਿੰਗ, ਮੈਂ ਵੀ ਪਹਿਲ ਦੇ ਆਧਾਰ 'ਤੇ ਇਲਾਕੇ ਅਫਸਰਸ਼ਾਹੀਆਂ ਤੱਕ ਇਹਨਾਂ ਦੀ ਪਹੁੰਚ ਕਰਾਊਂਗਾ ਅਤੇ ਮੈਂ ਪਿੰਡ ਵਿੱਚ ਵੀ ਜਾ ਕੇ ਵੇਖੂੰਗਾ ਅਤੇ ਜਿਹੜੇ ਹੋਰ ਅਧਿਕਾਰੀ ਜਿਨ੍ਹਾਂ ਨੇ ਇਹਨਾਂ ਦਾ ਕੰਮ ਬੰਦ ਕੀਤਾ ਮੇਰੀ, ਉਹਨਾਂ ਨਾਲ ਵੀ ਤਾਲਮੇਲ ਹੋਇਆ ਸੀ। ਮੈਂ ਅਤੇ ਮੇਰੀ ਪਾਰਟੀ ਇਹਨਾਂ ਨੂੰ ਜਿਹੜਾ ਵਿਸ਼ਵਾਸ ਦਿਵਾਉਂਦੇ ਹਾਂ ਜੇ ਅੱਗੇ ਤੋਂ ਇਹਨਾਂ ਨੂੰ ਇਸ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਣ ਦੇਵਾਂਗੇ। ਮੇਰਾ ਨਾਮ ਅਰਪਿਤ ਸ਼ਰਮਾ, ਜ਼ਿਲ੍ਹਾ ਨੋਡਲ ਅਫਸਰ ਨਰੇਗਾ ਮੁਕਤਸਰ ਸਾਹਿਬ। ਅਤੇ ਅੱਜ ਲੱਖਿਆ ਦੇ ਲੇਬਰ ਆਈ ਹੈ, ਇਹਨਾਂ ਦੇ ਮੇਟ ਦਾ ਕੋਈ ID ਦਾ ਇਸ਼ੂ ਸੀਗਾ, ਉਹ ਅਸੀਂ ਪੜਤਾਲ ਕਰ ਰਹੇ ਹਾਂ ਅਤੇ ਸੋਮਵਾਰ ਤੱਕ ਹੱਲ ਕਰਵਾਉਣ ਦੀ ਕੋਸ਼ਿਸ਼ ਕਰਾਂਗੇ।